ਤੁਸੀਂ ਇਹ ਨਾ ਸੋਚੋ ਕਿ ਅਸੀਂ ਪੱਗਾਂ ਬਨਨ ਵਾਲੇ ਅਸੀਂ ਇਨਸਾਫ ਵਾਲੇ ਆ ਇਹ ਤਾਂ ਨਾ ਦੀਆਂ ਪੱਗਾਂ ਬਨੀਆਂ ਨੇ ਕਿ ਅਕਾਲੀ ਦਲ ਇਹ ਕਹਿੰਦਾ ਹੈ ਕਿ ਇਹ ਜਾਨਵੁੱਜ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਕੰਦਰ ਸਿੰਘ ਮਲੂਕਾ ਉਹ ਕਹਿੰਦੇ ਨੇ ਕਿ ਵਿਜੇ ਕੁਮਾਰ ਵਿਜੇ ਪ੍ਰਤਾਪ ਦੀ ਜਿਹੜੀ ਉਹਨਾਂ ਨੇ ਰੈਜਿਗਨੇਸ਼ਨ ਦਿੱਤਾ ਸੀਗਾ ਉਹ ਸਿਰਫ ਇੱਕ ਡਰਾਮੇबाजी ਹੈ ਦੇਖੋ ਪਹਿਲੀ ਗੱਲ ਜਿਵੇਂ ਤੁਸੀਂ ਕਿਹਾ ਕਿ ਇੱਕ ਸਿਆਸਤਾਰਾ ਸਵਾਲ ਤੁਹਾਡਾ ਨਹੀਂ ਬਣਦਾ ਐਕਚੁਅਲੀ ਆਨਸਰ ਦੇਣਾ ਮੇਰਾ ਵੀ ਨਹੀਂ ਬਣਦਾ ਤਾਕ ਸਿੰਘ ਬਾਜਮਣੇ ਹੁਣੇ ਜਨਤਕ ਕੀਤੀ ਇੱਕ ਸੂਚੀ ਉਹਦੇ ਵਿੱਚ ਡੇਟਾ ਦੇ ਵਿੱਚ ਉਹ ਕਹਿੰਦੇ ਕਿ ਐਡਵੋਕੇਟ ਜਰਨਲਿਸ ਕੇਸ ਨੂੰ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜੇ ਇਹੀ ਗੱਲ 2 ਮਹੀਨੇ ਪਹਿਲਾਂ ਹੋ ਜਾਂਦੀ ਤੇ ਵੈਟਰ ਨਹੀਂ ਸੀ ਪੰਜਾਬ ਦੇ ਵਿੱਚ ਮੇਰੇ ਦੇਖਣ ਚ ਤੁਸੀਂ ਇਹ ਸੋਚੋ ਕਿ ਫਲਾਣਾ ਸਿੱਖ ਹੈ ਤੁਹਾਨੂੰ ਜਸਟਿਸ ਦਵਾ ਦੂਗਾ ਫਲਾਣਾ ਫਲਾਣਾ ਪੋਲੀਟਿਸ਼ਨ ਸਿੱਖ ਹੈ ਸਾਨੂੰ ਜਸਟਿਸ ਦਵਾ ਦੂਗਾ ਇਹ ਸਾਰੇ ਦਿੱਲੀ ਦੇ ਅੱਗੇ ਝੁਕੇ ਬੰਦੇ ਨੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ 78 ਤੋਂ ਲੈ ਕੇ ਅੱਜ ਤੱਕਰ ਛਿੱਤਰ ਖਾ ਰਹੇ ਨੇ ਪਤਾ ਵੀ ਹੈਗਾ ਹੈ ਕੀ ਤੱਕ ਇਹਨਾਂ ਲੋਕਾਂ ਨੇ ਕੀਤਾ ਪਰ ਫਿਰ ਵੀ ਅਸੀਂ ਵੋਟਾਂ ਤੋਂ ਉਧਰ ਹੀ ਪਾਈਆਂ ਤੇ ਇੱਕ ਇਹਨਾਂ ਨੇ ਧੰਨ ਧੰਨ ਸਤ ਗੁਰੂ ਦਾ ਨਾਰਾ ਵੀ ਮਾਰਿਆ ਸੀ ਜੀਤਪੈਲ ਤੇ ਚਾਰ ਤੋਂ ਪੰਜ ਐਮ ਐਲ ਏ ਸੀ ਇਹ ਬੰਦੇ ਇਨਸਾਫ ਦੀ ਗੱਲ ਕਰਨਗੇ ਉਹਨਾਂ ਪ੍ਰੇਮੀਆਂ ਨੇ ਗੁਰੂ ਗਰੰਤ ਸਾਹਿਬ ਗਲੀਆਂ 'ਚ ਰੋਲਤਾ ਹੋਵੇ ਤੇ ਇਹ ਅਕਾਲੀ ਦਲ ਵਾਲੇ ਚਾਰ ਪੰਜ ਐਮ ਐਲ ਏ ਉੱਠ ਕੇ ਜੀਤਪੈਲ 'ਚ ਬਠਿੰਡੇ ਉਹ ਰਾਮ ਰੀਵ ਸਾਹ ਦੀ ਫੇਵਰ 'ਚ ਇਹ ਆਪਣੀ ਸੰਗਤ ਕਰਨ ਇਹ ਉਹ ਬੰਦੇ ਨੇ ਅਕਾਲੀ ਦਲ ਦੇ ਵਿੱਚ ਚਾਰ ਪੰਜ ਐਮ ਐਲ ਏ ਉਹ ਸੀ ਜਿਨ੍ਹਾਂ ਨੇ 5 ਸਾਲ ਪਹਿਲਾਂ ਜੀਤ ਪੈਲਸ ਦੇ ਵਿੱਚ ਬੈਠ ਕੇ ਇਹ ਨਾਰਾ ਮਾਰਿਆ ਸੀ ਕਿ ਗੁਰਮੀਤ ਰਾਮ ਰਹੀਮ ਦਾ ਕੀਰਤਨ ਅਸੀਂ ਕਰਾਵਾਂ ਕਰਾਂਗੇ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਹੁਣ ਸਾਨੂੰ ਇਨਸਾਫ਼ ਨਹੀਂ ਮਿਲ ਸਕਦਾ ਕਈ ਵਾਰ ਗੱਲਾਂ ਕਹੀਆਂ ਸੀ ਕਿ ਸਿੱਖਾਂ ਨੂੰ ਇੰਡੀਆ ਦੇ ਵਿੱਚ ਇਨਸਾਫ਼ ਮਿਲਣਾ ਬਹੁਤ ਮੁਸ਼ਕਲ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਸੀ ਕਿ ਤੁਹਾਡਾ ਹਰ ਪੋਲੀਟੀਸ਼ੀਅਨ ਤੁਹਾਡਾ ਹਰ ਅਫੀਸਰ ਵਿਕਿਆ ਪੰਜਾਬ ਸਰਕਾਰ ਦੇ ਕੋਲ ਹੂੰ ਹਾਈ ਕੋਰਟ ਦੇ ਵਿੱਚੋਂ ਖਾਰਜ ਹੋਈ ਹੈ ਲੇਕਿਨ ਸੁਪਰੀਮ ਕੋਰਟ ਜਾਂਦਾ ਰਸਤਾ ਤਾਂ ਹੈਗਾ ਹੈ ਗੱਲ ਤੇ ਹੈ ਕਿ ਇਹ ਮਨੋ ਸਾਫ ਨੇ ਕਿ ਇਹ ਮੈਲਾ ਫੈਂਟਨਸ਼ਨ ਨਾਲ ਤਾਂ ਨਹੀਂ ਜਾ ਰਹੇ ਅਗਰ ਜਾ ਹੀ ਮੈਲਾ ਫੈਂਟਨਸ਼ਨ ਨਾਲ ਨੇ ਜਾਂ ਜਾ ਹੀ ਮਾੜੀ ਭਾਵਨਾ ਰ ਰਹੇ ਨੇ ਤਾਂ ਇਨਸਾਫ ਨਾ ਦੀ ਚੀਜ਼ ਕਿਵੇਂ ਆਊਗੀ ਸੋ ਇਹ ਡਰਾਮਾ ਹੈ ਸੋ ਮੇਰੇ ਵੇਖਣ ਦੇ ਵਿੱਚ ਇਹ ਬੰਦੇ ਡਿਜ਼ਰਵ ਨਹੀਂ ਕਰਦੇ ਪੰਜਾਬ ਦੇ ਵਿੱਚ ਤੇ ਇਹ ਖਾਸ ਕਰਕੇ ਅਕਾਲੀ ਦਲ ਵਾਲੇ ਬੰਦਿਆਂ ਤੋਂ ਲੋੜ ਹੀ ਨਹੀਂ ਬੋਲਣ ਦੀ ਅਜੀ ਤਾਂ ਮੁੜ ਘੁੜ ਕੇ ਜਦੋਂ ਕਿ ਸੀਐਮ ਆ ਗਿਆ ਡਿਪਟੀ ਸੀਐਮ ਆ ਗਿਆ ਅਜੀ ਤਾਂ ਸਲੂਟ ਮਾਰਨੇ ਨੇ ਜਿੱਦਣ ਇਲੈਕਸ਼ਨ ਆਉਣਗੇ 84 ਦੀ ਗੱਲ ਕਰਨਗੇ ਜਿੱਦਣ ਇਲੈਕਸ਼ਨ ਆਉਣ ਕਰਨਗੇ ਬਾਈਬਲ ਕਲਾਂ ਦੀ ਗੱਲ ਕਰਨ ਕਰਨਗੇ ਇਹਨਾਂ ਵਾਸਤੇ ਤਾਂ ਮਜ਼ਾਕ ਅਗਰ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਸਿੱਟ ਤੋਂ ਪਾਸੇ ਰੱਖਿਆ ਜਾਂਦਾ ਹੈ ਤਾਂ ਜਸਟਿਸ ਨਾਂ ਦੀ ਚੀਜ਼ ਪੰਜਾਬ 'ਚ ਹੈ ਹੀ ਨਹੀਂ ਆਪਾਂ ਸਾਰਿਆਂ ਨੇ ਜਸਟਿਸ ਨੂੰ ਪਾਸੇ ਕਿਨਾਰਾ ਕਰ ਲਿਆ ਹੁਣ ਅਲੀਗੇਸ਼ਨ ਲਾਓ ਜਾਂ ਨਾ ਲਾਓ ਹੁਣ ਤਾਂ ਆਪਦੀ ਚੇਅਰ ਦੀ ਪ੍ਰੋਬਲਮ ਹੈ ਅਗਰ ਕੋਈ ਸੈਟ ਨਵੀਂ ਆਉਂਦੀ ਹੈ ਤਾਂ ਇਹ ਤਾਂ ਅਧਿਕਾਗਜੀ ਇਹਨਾਂ ਦੋਨੇ ਛੋਟੇ ਮੁਲਾਜ਼ਮ ਆਗੇ ਨੇ ਜਿਹੜੇ ਰਿਟਾਇਰ ਨੇ ਚਰਨਜੀਤ ਸ਼ਰਮ ਵਰਗੇ ਇਹਨਾਂ ਪਿੱਛੇ ਨਹੀਂ ਕਰ ਰਹੇ ਇਹ ਸਿਰਫ ਕਰ ਰਹੇ ਨੇ ਉਸ ਵਕਤ ਦੇ ਸੀਐਮ ਜਾਂ ਡਿਪਟੀ ਸੀਐਮ ਨੂੰ ਇਹ ਬਚਾਉਣ ਦੇ ਲਈ ਹੋ ਰਿਹਾ ਸਤਸ੍ਰੀ ਅਕਾਸ਼ ਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾ ਦਾ ਜੀ ਆਇਆਂ ਨੂੰ ਤੇ ਮੈਂ ਆ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ ਪੰਜਾਬ ਦੇ ਵਿੱਚ ਇਸ ਵੇਲੇ ਬਰਗਾੜੀ ਬੇਦਬੀ ਤੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਿਆਸਤ ਪਖੀ ਹੋਈ ਹੈ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਕੁਵਰ ਵਿਜੇ ਪ੍ਰਤਾਪ ਦੀ ਐਸਆਈਟੀ ਦੀ ਜਾਂਚ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਖਾਸ ਕਰਕੇ 129 ਨੰਬਰ ਐਫਆਈਆਰ ਜਿਹੜੀ ਕੋੜ ਕਪੂਰਾ ਗੋਲੀकांड ਦੀ ਐਫਆਈਆਰ ਸੀ ਜਿਸ ਦੇ ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਿਆ ਸੀ ਲੇਕਿਨ ਹਾਈ ਕੋਰਟ ਦੇ ਵੱਲੋਂ ਜਦੋਂ ਸੁਣਵਾਈ ਕੀਤੀ ਗਈ ਤਾਂ ਫਿਰ ਉਸ ਤੋਂ ਬਾਅਦ ਇਹ ਐਸਆਈਟੀ ਦੀ ਪੂਰੀ ਜਾਂਚ ਨੂੰ ਖਾਰਜ ਕਰ ਦਿੱਤਾ ਗਿਆ ਤੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਨਵੀਂ ਐਸਆਈਟੀ ਬਣਾ ਕੇ ਜਾਂਚ ਕੀਤੀ ਜਾਵੇ ਲੇਕਿਨ आईजी कुंवर विजय प्रताप ਨੂੰ ਉਹਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ ਸੱਤਾ ਪક્ષ ਦੀ ਗੱਲ ਕਰੀਏ ਤੇ ਲਗਾਤਾਰ ਮਾਮਲੇ ਉੱਠ ਰਹੇ ਨੇ ਵਿਰੋਧੀ ਪੱਖ ਜੀ ਜਿਹੜੀ ਇੱਕ ਖਾਸ ਪਾਰਟੀ ਹੈ ਜਿਸ ਦੇ ਉੱਪਰ ਇਸ ਪੂਰੇ ਮਾਮਲੇ ਨੂੰ ਲੈ ਕੇ 2014-15 ਦੇ ਵਿੱਚ ਜਦੋਂ ਮਾਮਲਾ ਹੋਇਆ ਸੀ ਜਿਹੜੀ ਸਰਕਾਰ ਸੀ ਅਕਾਲੀ ਤੇ ਭਾਜਪਾ ਉਹ ਵੀ ਸਵਾਲ ਚੁੱਕਰੀ ਹੈ ਲੇਕਿਨ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਆਈਜੀ ਕੁंवर विजय प्रताप ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਲੇਕਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਸੀ ਮੇਰੇ ਨਾਲ ਇਸ ਵੇਲੇ ਪੀੜਤ ਪਰਿਵਾਰ ਦਾ ਜਿਹੜਾ ਕੇਸ ਲੜ ਰਹੇ ਨੇ ਐਡਵੋਕੇਟ ਹਰਪਾਲ ਖਾਰਾ ਜੀ ਮੇਰੇ ਨਾਲ ਨੇ ਜਿਹੜੇ ਕੋਟਕਪੂਰਾ ਗੋਲੀकांड ਦੇ ਵਿੱਚ ਦੋ ਸ਼ਹੀਦ ਹੋਏ ਸੀ ਉਹਨਾਂ ਦਾ ਕੇਸ ਲੜ ਰਹੇ ਨੇ ਉਹਨਾਂ ਦੇ ਪਰਿਵਾਰ ਦਾ ਕੇਸ ਲੜ ਰਹੇ ਨੇ ਹਰਪਾਲ ਖਾਰਾ ਜੀ ਤੁਹਾਡਾ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਦੇ ਵਿੱਚ ਜੀ ਖਾਰਾ ਜੀ ਹਾਂਜੀ ਸਭ ਤੋਂ ਪਹਿਲਾ ਸਵਾਲ ਇਹ ਕੀ ਆਈਜੀ ਵਿਜੇ ਕੁਮਰ ਵਿਜੇ ਪ੍ਰਤਾਪ ਨੇ ਇਸਤਿਫਾ ਦਿੱਤਾ ਬਾਤ ਉਹ ਉਸ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਕੈਪਟਨ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਲੇਕਿਨ ਸਵਾਲ ਉੱਠੇ ਨੇ ਆਜੀਕ ਵਿਜੇ ਕੁਮਾਰ ਪ੍ਰਤਾਪ ਨੂੰ ਲੈ ਕੇ ਵੀ ਤੁਸੀਂ ਕੀ ਕਹਿੰਦੇ ਹੋ ਕਿ 129 ਨੰਬਰ ਐਫ ਆਈ ਆਰ ਦੇ ਵਿੱਚ ਕੀ ਕੁਝ ਸੀਗਾ ਜਿਸ ਦੇ ਕਾਰਨ ਸਵਾਲ ਲਗਾਤਾਰ ਉੱਠ ਰਹੇ ਨੇ ਦੇਖੋ 129 ਨੰਬਰ ਜਿਹੜਾ ਚਲਾਨ ਆਇਆ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਦਿੱਤਾ ਹੈ ਕਿ 129 ਨੰਬਰ ਐਫ ਆਈ ਆਰ ਜਿਹੜੀ ਅਸੀਉਂ ਦਾ ਚਲਾਨ ਪੇਸ਼ ਕੀਤਾ ਜਿਹੜਾ ਕੋਰ ਵਿਜੇ ਪ੍ਰਤਾਪ ਨੇ ਮੇਰੇ ਦੇਖਣ ਦੇ ਵਿੱਚ ਇਦੂ ਡਿਟੇਲ ਦੇ ਵਿੱਚ ਅੱਜ ਤੱਕਰ ਕੋਈ ਵੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਡੀਆ ਦੀ ਚਲਾਨ ਇਹੋ ਜਿਹਾ ਪੇਸ਼ ਨਹੀਂ ਹੋਣਾ ਇੱਕ ਇੱਕ ਚੀਜ਼ ਉਹਨਾਂ ਨੇ ਮੈਂਸ਼ਨ ਕੀਤੀ ਹੈ ਹੁਣ ਇੱਥੇ ਪ੍ਰੋਬਲਮ ਕੀ ਆਈ ਹੈ ਚਲਾਨ ਦੇ ਅੰਦਰ ਇਹ ਚਲਾਨ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਇੱਕ ਬੜੀ ਗੱਲ ਕਲੀਅਰ ਕੀਤੀ ਉਹ ਇਹ ਸੀ ਕਿ ਜਦੋਂ ਸੀਐਮ ਹਾਊਸ ਦੇ ਵਿੱਚੋਂ ਇੱਥੇ ਪੰਜਾਬ ਦੇ ਵਿੱਚ ਜਦੋਂ ਇੱਥੇ ਕਾਲ ਡਿਟੇਲ ਨੇ ਜਿਹੜੀਆਂ ਆ ਨੇ ਇਹ ਕਾਲ ਡਿਟੇਲ ਨੇ ਸੀਐਮ ਦੇ ਹਾਊਸ ਦੇ ਸੀਐਮ ਹਾਊਸ ਦੇ ਵਿੱਚੋਂ ਆ ਰਹੀਆਂ ਨੇ ਜਿਹੜੀਆਂ ਮਨਤਾਰ ਬਰਾੜ ਨੂੰ ਆਈਆਂ ਨੇ ਮੰਤਾਰ ਬਰਾੜ ਤੋਂ ਅੱਗੇ ਜਾ ਰਹੀਆਂ ਨੇ ਇੱਕ ਆਪਣੇ ਆਪਣੇ ਸੁਮੇਸ਼ ਸਿੰਘ ਸੈਣੀ ਦੇ ਨਾਲ ਜਾ ਰਹੀਆਂ ਨੇ ਸੁਮੇਸ਼ ਸਿੰਘ ਸੈਣੀ ਜਿਹੜੇ ਹੈ ਨੇ ਉਹਨਾਂ ਦੀਆਂ ਕਾਲ ਡਿਟੇਲ ਨੇ ਕਾਲ ਡਿਟੇਲ ਮਿਸਟਰ ਪਰਮਰਾਜ ਉਮਰਾਨਿੰਗਲ ਵਿੱਚ ਡੀਜੀਪੀ ਇਹ ਜਿਹੜੀਆਂ ਕਾਲ ਡਿਟੇਲ ਚੱਲਦੀਆਂ ਨੇ 14 10 15 ਨੂੰ ਸਵੇਰੇ 4:00 ਵਜੇ ਇੱਕ ਮਿੰਟ 30 ਸਕਿੰਟ ਤੇ ਸ਼ੁਰੂ ਹੁੰਦੀਆਂ ਨੇ ਜੋ ਚੱਲਦੀਆਂ ਨੇ 11:48 ਮਿੰਟ 18 ਸਕਿੰਟ ਤੱਕ ਚੱਲ ਰਹੀਆਂ ਨੇ ਨੀਅਰ ਅਬਾਊਟ 6:30 7 ਘੰਟੇ ਤੋਂ ਜੋ ਕੋਟ ਕਬੂਰਾ ਕਾਂਡ ਹੋ ਰਿਹਾ ਗੋਲੀ ਹੋ ਰਹੀ ਫਾਇਰਿੰਗ ਹੋ ਰਹੀ ਹੈ ਉਹ ਸਾਰੀਆਂ ਜਿਹੜੀਆਂ ਕਾਲ ਨੇ ਉਹ ਸੀਐਮ ਤੋਂ ਆ ਰਹੀਆਂ ਨੇ ਇਹ ਜਿਹੜੇ ਜਿਹੜੇ ਬੰਦੇ ਮਲਜਮ ਬਣਾਏ ਨੇ ਉਹਨਾਂ ਦੇ ਸਾਰਿਆਂ ਦੇ ਲਿੰਕ ਬਣਦੇ ਨੇ ਆਹੀ ਪ੍ਰੋਬਲਮ ਆਈ ਹੈ ਇਹ ਸਰਕਾਰ ਨੂੰ ਵੀ ਪ੍ਰੋਬਲਮ ਸੀ ਮੌਜੂਦਾ ਸਰਕਾਰ ਨੂੰ ਵੀ ਜਿਹੜੀ ਸਾਬਕਾ ਜਿਹੜਾ ਸੀਐਮਸੀ ਉਹਨੂੰ ਵੀ ਪ੍ਰੋਬਲਮ ਸੀ ਇਹ ਸਾਰੇ ਸਿਆਸਤਦਾਨਾਂ ਨੇ ਰਲ ਕੇ ਮੈਂ ਰਲ ਕੇ ਲਫ਼ਜ਼ ਕਹੂੰਗਾ ਇਹਨਾਂ ਬੰਦਿਆਂ ਵਾਸਤੇ ਰਲ ਕੇ ਇਹਨਾਂ ਨੇ ਸਾਰਾ ਕੁਝ ਖਤਮ ਕੀਤਾ ਹੈ ਹੋਰ ਕੋਈ ਪ੍ਰੋਬਲਮ ਨਹੀਂ ਜੇ ਅਗਰ ਇਹਨਾਂ ਦੋਨੇ ਛੋਟੇ ਮੁਲਾਜ਼ਮ ਆਗੇ ਨੇ ਜਿਹੜੇ ਰਿਟਾਇਰ ਨੇ ਚਰਨਜੀਤ ਸ਼ਰਮ ਵਰਗੇ ਇਹਨਾਂ ਪਿੱਛੇ ਨਹੀਂ ਕਰ ਰਹੇ ਇਹ ਸਿਰਫ ਕਰ ਰਹੇ ਨੇ ਉਸ ਵਕਤ ਦੇ ਸੀਐਮ ਜਾਂ ਡਿਪਟੀ ਸੀਐਮ ਨੂੰ ਇਹ ਬਚਾਉਣ ਦੇ ਲਈ ਹੋ ਰਿਹਾ ਤੇ ਇਹਨਾਂ ਨੇ ਮੇਰੇ ਦੇਖਣ ਚ ਕਾਮਯਾਬੀ ਹੋ ਗਏ ਨੇ ਇਸ ਚੀਜ਼ ਦੇ ਵਿੱਚ ਇਹੀ ਹੈ ਕੀ ਲਗਾਤਾਰ ਇਹ ਸਵਾਲ ਉਠਰੇ ਸਨ ਕਿ ਕਿਉਂਕਿ ਪੁਲਸ ਕੋਈ ਐਕਸ਼ਨ ਲੈ ਰਹੀ ਹੈ ਤਾਂ ਮੌਜੂਦਾ ਜਿਹੜੇ ਸੀਐਮਏ ਡਿਪਟੀ ਸੀਐਮ ਉਹਨਾਂ ਨੂੰ ਸਭ ਕੁਝ ਪਤਾ ਹੋਊਗਾ ਤੇ ਉਹਨਾਂ ਦੀ ਭੂਮਿਕਾ ਤੇ ਵੀ ਸਵਾਲ ਖੜੇ ਹੋ ਰਹੇ ਸਨ ਲੇਕਿਨ ਮੈਂ ਇਹ ਇਹ ਜਾਨਣਾ ਚਾਹੁੰਦਾ ਹੈ ਕਿ ਹੁਣ ਇਸ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਸਿਆਸਤ ਆ ਲੈ ਕੇ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹੁੰਦਾ ਹਾਲਾਂਕਿ ਮੇਰਾ ਕਰਨਾ ਬੰਦਾ ਨਹੀਂ ਤੁਹਾਨੂੰ ਕਿ ਅਕਾਲੀ ਦਲ ਇਹ ਕਹਿੰਦਾ ਹੈ ਕਿ ਇਹ ਜਾਣ ਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਕੰਦਰ ਸਿੰਘ ਮਲੂਕਾ ਉਹ ਕਹਿੰਦੇ ਨੇ ਕਿ ਵਿਜੇ ਕੁਮਾਰ ਵਿਜੇ ਪ੍ਰਤਾਪ ਦੀ ਜਿਹੜੀ ਉਹਨਾਂ ਨੇ ਰੈਜਿਗਨੇਸ਼ਨ ਦਿੱਤਾ ਸੀਗਾ ਉਹ ਸਿਰਫ ਇੱਕ ਦੇਖੋ ਪਹਿਲੀ ਗੱਲ ਜਿਵੇਂ ਤੁਸੀਂ ਕਹਿ ਕਿ ਇੱਕ ਸਿਆਸਤਾਰਾ ਸਵਾਲ ਤੁਹਾਡਾ ਨਹੀਂ ਬਣਦਾ ਐਕਚੁਅਲੀ ਆਨਸਰ ਦੇਣਾ ਮੇਰਾ ਵੀ ਨਹੀਂ ਬਣਦਾ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਇਹ ਕਹਿ ਰਹੇ ਨੇ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਡਰਾਮਾ ਕਰ ਰਿਹਾ ਪਰ ਮੇਰੇ ਦੇਖਣ ਦੇ ਵਿੱਚ ਇਹਨਾਂ ਨੂੰ ਗੱਲ ਕਰਨ ਲੱਗਿਆਂ ਸੋਚਣਾ ਚਾਹੀਦਾ ਅਕਾਲੀ ਮੈਂਬਰਾਂ ਨੂੰ ਇਹ ਉਹ ਬੰਦੇ ਨੇ ਅਕਾਲੀ ਦਲ ਦੇ ਵਿੱਚ 4-5 ਐਮਐਲਏ ਉਹ ਸੀ ਜਿਨ੍ਹਾਂ ਨੇ 5 ਸਾਲ ਪਹਿਲਾਂ ਜੀਤ ਪੈਲਸ ਦੇ ਵਿੱਚ ਬੈਠ ਕੇ ਇਹ ਨਾਰਾ ਮਾਰਿਆ ਸੀ ਕੀ ਗਰਮੀਤ ਰਾਮ ਰਹੀਮ ਦਾ ਕੀਰਤਨ ਅਸੀਂ ਕਰਾਵਾਂ ਕਰਾਂਗੇ ਸਾਡੀ ਦੇਖ ਰੱਖ ਦੇ ਵਿੱਚ ਇਹਨਾਂ ਦੀ ਸਭਾ ਹੋਣ ਕਰਨ ਗਈਆਂ ਕਿਸੇ ਦੀ ਹਿੰਮਤ ਨਹੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਰੋਕ ਲਵੇ ਤੇ ਇੱਕ ਇਹਨਾਂ ਨੇ ਧੰਨ ਧੰਨ ਸਤਗੁਰੂ ਦਾ ਨਾਰਾ ਵੀ ਮਾਰਿਆ ਸੀ ਜੀਤ ਪੈਲੇ ਤੇ ਚਾਰ ਤੋਂ ਪੰਜ ਐਮਐਲਏ ਸੀ ਇਹ ਬੰਦੇ ਇਨਸਾਫ ਦੀ ਗੱਲ ਕਰਨਗੇ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਐਲੀਗੇਸ਼ਨ ਨੇ ਉਹ ਇਹਨਾਂ ਪ੍ਰੇਮੀਆਂ ਤੇ ਗਏ ਹੋਏ ਨੇ ਉਹਨਾਂ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਤਾ ਹੋਵੇ ਤੇ ਇਹ ਅਕਾਲੀ ਦਲ ਵਾਲੇ 4-5 ਐਮਐਲਏ ਉੱਠ ਕੇ ਜੀਤਪਾਲ 'ਚ ਬਠਿੰਡੇ ਉਹ ਰਾਮ ਰੀਵ ਸਾਹ ਦੀ ਫੇਵਰ 'ਚ ਇਹ ਆਪਣੀ ਸੰਗਤ ਕਰਨ ਸੋ ਮੇਰੇ ਵੇਖਣ ਦੇ ਵਿੱਚ ਇਹ ਬੰਦੇ ਡਿਜ਼ਰਵ ਨਹੀਂ ਕਰਦੇ ਪੰਜਾਬ ਦੇ ਵਿੱਚ ਤੇ ਇਹ ਖਾਸ ਕਰਕੇ ਅਕਾਲੀ ਦਲ ਵਾਲੇ ਬੰਦਿਆਂ ਤੋਂ ਲੋੜ ਹੀ ਨਹੀਂ ਬੋਲਣ ਦੀ ਕਿਉਂਕਿ ਉਹ ਐਕਚੁਅਲੀ ਪ੍ਰੇਮੀਆਂ ਨਾਲ ਜੁੜ ਚੁੱਕੇ ਨੇ ਉਹ ਪ੍ਰੇਮੀਆਂ ਦੇ ਨਾਲ ਖੜ ਚੁੱਕੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਉਲਟੋ ਪੇਸ਼ ਹੋ ਚੁੱਕੇ ਨੇ ਇਸ ਕਰਕੇ ਇਹਨਾਂ ਦਾ ਬੰਦਾ ਨੇ ਇੱਕ ਐਡਵੋਕੇਟ ਸਾਹਿਬ ਦੇਖੀ 6 ਸਾਲ ਹੋ ਗਏ ਨੇ ਇਸ ਮਾਮਲੇ ਨੂੰ ਦੇਖਿਆ ਜਾਵੇ ਤੇ 5 ਵਾਰ ਐਸਐਟਿ ਬਣਾ ਦਿੱਤੀਆਂ ਗਈਆਂ ਨੇ ਕਿ ਸ਼ਹੀਦ ਕਿਰਸ਼ਨਦੇ ਦੇ بیٹے ਸੁਖਰਾਜ ਨਾਲ ਮੇਰੀ ਗੱਲ ਹੋਈ ਸੀਗੀ ਸਕਾਈ ਨਿਊਜ਼ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਉਮੀਦ ਸੀ ਕਿ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲ ਜਾਏਗਾ ਲੇਕਿਨ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਹੁਣ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਦੇਖੋ ਗੱਲ ਇਸ ਤਰ੍ਹਾਂ ਹੈ ਮੈਂ ਇਹ ਗੱਲ ਨਹੀਂ ਕਹਿਣੀ ਚਾਹੁੰਦਾ ਕੁਮਰ ਵਿਜੇ ਪ੍ਰਤਾਪ ਵਾਲੀ ਪਰ ਕੁਮਰ ਵਿਜੇ ਪ੍ਰਤਾਪ ਨੇ ਸਾਲ 2 ਸਾਲ ਦੇ ਵਿੱਚ ਜਦੋਂ ਲਗਾਤਾਰ ਕਈ ਵਾਰ ਇਹ ਗੱਲਾਂ ਕਹੀਆਂ ਸੀ ਕਿ ਸਿੱਖਾਂ ਨੂੰ ਇੰਡੀਆ ਦੇ ਵਿੱਚ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਸੀ ਕਿ ਤੁਹਾਡਾ ਹਰ ਪੋਲੀਟਿਸ਼ੀਅਨ ਤੁਹਾਡਾ ਹਰ ਅਫੀਸਰ ਵਿਕਿਆ ਹੋਇਆ ਹੈ ਪੰਜਾਬ ਦੇ ਵਿੱਚ ਮੇਰੇ ਦੇਖਣ ਚ ਤੁਸੀਂ ਇਹ ਨਾ ਸੋਚੋ ਕਿ ਫਲਾਣਾ ਸਿੱਖ ਹੈ ਤੁਹਾਨੂੰ ਜਸਟਿਸ ਦਵਾ ਦੂਗਾ ਫਲਾਣਾ ਫਲਾਣਾ ਪੋਲੀਟਿਸ਼ੀਅਨ ਸਿੱਖ ਹੈ ਸਾਨੂੰ ਜਸਟਿਸ ਦਵਾ ਦੂਗਾ ਇਹ ਸਾਰੇ ਦਿੱਲੀ ਦੇ ਅੱਗੇ ਝੁਕੇ ਬੰਦੇ ਨੇ ਇਹ ਇਨਸਾਫ ਨਾਂ ਦੀ ਚੀਜ਼ ਇੱਥੇ ਨਹੀਂ ਆ ਸਕਦੀ 36 ਸਾਲ ਤੋਂ 84 ਦੇ ਵਿੱਚ ਕੀ ਹੋਇਆ ਇਹੀ ਲੋਕ ਉਹ ਬੈਠੇ ਨੇ ਜਦੋਂ ਇਲੈਕਸ਼ਨ ਆਉਣਗੇ 84 ਦੀ ਗੱਲ ਕਰਨਗੇ ਜਿੱਦਣ ਇਲੈਕਸ਼ਨ ਆਉਣ ਕਰਨਗੇ ਬਾਈਬਲ ਕਲਾ ਦੀ ਗੱਲ ਕਰਨ ਕਰਨਗੇ ਇਹਨਾਂ ਵਾਸਤੇ ਤਾਂ ਮਜ਼ਾਕ ਇਹ ਤਾਂ ਹਰ 4.5 5 ਸਾਲ ਦੇ ਬਾਅਦ ਉੱਠਣ ਕਰਨਗੇ ਇਹੀ ਗੱਲ ਕਰਨ ਕਰਨਗੇ ਮੇਰੇ ਦੇਖਣ ਦੇ ਵਿੱਚ ਉਸ ਦੀ ਆਪਣੀ ਸੁਖਰਾਜ ਦੀ ਗੱਲ ਬਿਲਕੁਲ ਵਾਜਬ ਹੈ ਇਨਸਾਫ ਮਿਲਣਾ ਨਾ ਮੁਮਕਨ ਹੈ ਅਗਰ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਸਿੱਟ ਤੋਂ ਪਾਸੇ ਰੱਖਿਆ ਜਾਂਦਾ ਹੈ ਤਾਂ ਜਸਟਿਸ ਨਾਂ ਦੀ ਚੀਜ਼ ਪੰਜਾਬ 'ਚ ਹੈ ਹੀ ਨਹੀਂ ਸਿਰਫ ਉਹਨਾਂ ਦੇ ਵਿੱਚ ਬੰਦੇ ਕੱਢਨੇ ਨੇ ਬੰਦੇ ਹੀ ਕੱਢਨੇ ਨੇ ਵਿੱਚੋਂ ਆਪਦੇ ਪੁਰਾਣੇ ਪੋਲੀਟੀਸ਼ੀਅਨ ਪਾਸੇ ਕਰਨੇ ਨੇ ਤੇ ਪਿੱਛੇ ਰਹਿ ਗਈ ਜਾਊਗਾ ਕੁਝ ਨਹੀਂ ਰਹਿਣਾ ਇਸ ਦੇ ਵਿੱਚ ਸੋ ਇਨਸਾਫ ਨਾਂ ਦੀ ਚੀਜ਼ ਖਤਮ ਹੋ ਚੁੱਕੀ ਹੈ ਇਸ ਦੇ ਵਿੱਚ ਤੇ ਇੱਕ ਇਹ ਗੱਲ ਹੈ ਸਮਝ ਨੂੰ ਨਹੀਂ ਆਉਂਦੀ ਕਿ ਆਖਰ ਪੰਜਾਬ ਸਰਕਾਰ ਦੇ ਕੋਲ ਹੁਣ ਹਾਈ ਕੋਰਟ ਦੇ ਵਿੱਚੋਂ ਖਾਰਜ ਹੋਈ ਹੈ ਲੇਕਿਨ ਸੁਪਰੀਮ ਕੋਰਟ ਜਾਂਦਾ ਰਸਤਾ ਤਾਂ ਹੈਗਾ ਹੈ ਦੇਖੋ ਰਸਤਾ ਹੈਗਾ ਜੀ ਰਸਤਾ ਤਾਂ ਜੋ ਕੋਈ ਵੀ ਆਰਡਰ ਹੁੰਦਾ ਉਸ ਦੇ ਖਿਲਾਫ ਰਿਵੀਜ਼ਨ ਜਾਂ ਅਪੀਲ ਤਾਂ ਲਾਈ ਕਰਦੀ ਹੈ ਗੱਲ ਇਹ ਹੈ ਕਿ ਮੇਰਾ ਮਨ ਕਿਹੋ ਜਿਹਾ ਜੇ ਮੈਂ ਸਿਆਸਤਦਾਨ ਆ ਮੈਂ ਮਨ ਚੋਂ ਵਿਕਿਆ ਹੋਇਆ ਮੈਂ ਇਨਸਾਫ ਨਹੀਂ ਦਵਾਣਾ ਤੇ ਇਨਸਾਫ ਕਿਵੇਂ ਮਿਲੂਗਾ ਗੱਲ ਤੇ ਹੈ ਕਿ ਇਹ ਮਨੋਸਾਫ ਨੇ ਕਿ ਇਹ ਮੈਲਾ ਫੈਂਟੈਂਸ਼ਨ ਨਾਲ ਤਾਂ ਨਹੀਂ ਜਾ ਰਹੇ ਅਗਰ ਜਾ ਹੀ ਮੈਲਾ ਫੈਂਟੈਂਸ਼ਨ ਨਾਲ ਨੇ ਜਾਂ ਜਾ ਹੀ ਮਾੜੀ ਭਾਵਨਾ ਰ ਰਹੇ ਨੇ ਤਾਂ ਇਨਸਾਫ ਨਾ ਦੀ ਚੀਜ਼ ਕਿਵੇਂ ਆਊਗੀ ਸੋ ਇਹ ਡਰਾਮਾ ਕੁਝ ਨਹੀਂ ਹੋਣਾ ਜੋ ਹੋਣਾ ਸੀ ਉਹ ਹੋ ਗਿਆ ਉਹ ਪਤਾ ਰਿਜ਼ਲਟ ਲੱਗ ਗਿਆ ਇਹਨਾਂ ਨੇ ਬੰਦੇ ਬਚਾਉਣੇ ਸੀ ਉਹ ਬਚਾ ਤੇ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ 1978 ਤੋਂ ਲੈ ਕੇ ਅੱਜ ਤੱਕ ਇਹ ਇਹਨਾਂ ਸਵਾਲਾਂ ਦੇ ਘੇਰੇ 'ਚ ਫਸੀ ਹੋਈ ਹੈ ਪਰ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ 78 ਤੋਂ ਲੈ ਕੇ ਅੱਜ ਤੱਕਰ ਚਿੱਤਰ ਖਾ ਰਹੇ ਨੇ ਪਤਾ ਵੀ ਹੈਗਾ ਹੈ ਕਿ ਤੱਕਾ ਇਹਨਾਂ ਲੋਕਾਂ ਨੇ ਕੀਤਾ ਪਰ ਫਿਰ ਵੀ ਅਸੀਂ ਵੋਟਾਂ ਤੋਂ ਉਧਰ ਹੀ ਪਾਈ ਜਾਂਦੇ ਇੱਕ ਸਵਾਲ ਐਡਵੋਕੇਟ ਜਰਨਲ ਨੂੰ ਲੈ ਕੇ ਵੀ ਉੱਠ ਰਿਹਾ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਨੇ ਹੁਣੇ ਜਨਤਕ ਕੀਤੀ ਇੱਕ ਸੂਚੀ ਉਹਦੇ ਵਿੱਚ ਡੇਟਾ ਦੇ ਵਿੱਚ ਉਹ ਕਹਿੰਦੇ ਕਿ ਐਡਵੋਕੇਟ ਜਰਨਲਿਸਟ ਕੇਸ ਨੂੰ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਨਿਭਾਈ ਖੁਦ ਉਹ ਕਦੀ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਦਿੱਲੀ ਤੋਂ ਜਿਹੜੇ ਵਕੀਲ ਹਾਇਰ ਕੀਤੇ ਸੀ ਉਹ ਪੇਸ਼ ਹੋਏ ਸੀ ਯਾਨੀ ਕਿ ਉਹਨਾਂ ਦੀ ਅਯੋਗਤਾ ਤੇ ਵੀ ਸਵਾਲ ਉੱਠ ਰਹੇ ਨੇ ਜੇ ਇਹੀ ਗੱਲ 2 ਮਹੀਨੇ ਪਹਿਲਾਂ ਹੋ ਜਾਂਦੀ ਤੇ ਵੈਟਰ ਨਹੀਂ ਸੀ ਅੱਜ ਜੂ ਜਦੋਂ ਆਪਾਂ ਹੁਣ ਇੱਕ ਜੂ ਜ ਨੂੰ ਠਿੱਬੀ ਲਾਉਣ ਤੇ ਲੱਗੇ ਹੋਏ ਆ ਕਿ ਜੀ ਮੈਨੂੰ ਪਤਾ ਸੀ ਉਹ ਬੰਦਾ ਪੇਸ਼ ਨਹੀਂ ਹੋ ਰਿਹਾ ਮੈਨੂੰ ਪਤਾ ਜੀ ਵਕੀਲ ਬਾਹਰੋਂ ਆ ਰਹੇ ਨੇ ਜੇ ਅਗਰ ਤਿੰਨ ਚਾਰ ਮਹੀਨੇ ਪਹਿਲਾਂ ਏਜੀਟੇਸ਼ਨ ਤੇ ਆ ਜਾਂਦੇ ਅਗਰ ਇਹ ਮਨਿਸਟਰ ਸਹੀ ਹੁੰਦੇ ਤਾਂ ਇਹਨਾਂ ਨੂੰ ਪਹਿਲਾਂ ਬੋਲ ਦੇਣਾ ਚਾਹੀਦਾ ਸੀ ਕਿ ਜੀ ਅਸੀਂ ਤਾਂ ਰਜ਼ਾਇਨ ਦੇਨੇ ਆ ਬਾਬਲ ਕਲਾਂ ਜਾਂ ਕੋਟਕਪੂਰੇ ਚ ਇਨਸਾਬ ਨਹੀਂ ਮਿਲਣਾ ਉੱਥੇ ਜਿਹੜਾ ਏਜੀ ਇਹ ਕੰਮ ਕਰ ਰਿਹਾ ਹੈ ਤਾਂ ਉਦੋਂ ਸਵਾਲ ਖੜੇ ਹੁੰਦੇ ਸੀ ਹੁਣ ਜਦੋਂ ਡਿਸਾਈਡ ਹੋ ਗਿਆ ਆਪਾਂ ਸਾਰਿਆਂ ਨੇ ਜਸਟਿਸ ਦੇ ਪਾਸੇ ਕਿਨਾਰਾ ਕਰ ਲਿਆ ਹੁਣ ਅਲੀਗੇਸ਼ਨ ਲਾਓ ਜਾਂ ਨਾ ਲਾਓ ਹੁਣ ਤਾਂ ਆਪਦੀ ਚੇਅਰ ਦੀ ਪ੍ਰੋਬਲਮ ਹੈ ਇੱਕ ਅਖੀਰ ਦੇ ਵਿੱਚ ਸਵਾਲ ਇਹ ਕੀ ਹੁਣ 129 ਨੰਬਰ ਐਫ ਆਈ ਆਰ ਦਾ ਕੀ ਹੋਗਾ ਜਿਹੜੇ ਤੁਹਾਡੇ ਕੋਲ ਇਹ ਕਾਗਜ਼ ਪਏ ਨੇ ਇਹਨਾਂ ਦਾ ਕੀ ਬਣੇਗਾ ਕਿਉਂਕਿ 2 ਸਾਲ ਦੀ ਮਿਹਨਤ ਹੈ ਦੇਖੋ ਜੇ ਹੁਣ ਮਾਨਯੋਗ ਅਦਾਲਤ ਦੇ ਆਰਡਰ ਦਾ ਪਤਾ ਅਜੇ ਹੈ ਨਹੀਂ ਕਿਸੇ ਨੂੰ ਅਜੇ ਕੀ ਲਿਖਿਆ ਹੈ ਅਗਰ ਕੋਈ ਸੱਟ ਨਵੀਂ ਆਉਂਦੀ ਹੈ ਤਾਂ ਇਹ ਤਾਂ ਕਰਦੀ ਕਾਗਜੀ ਬਣੂਗਾ ਇਹਦੇ ਪੱਲੇ ਕੁਝ ਨਹੀਂ ਰਹਿਣਾ ਨਾ ਇਹੋ ਜਿਹਾ ਕਿਸੇ ਨੂੰ ਜਸਟਿਸ ਦੇਣਾ ਹੈ ਨਾ ਇਨਕੁਆਰੀ ਹੋਣੀ ਨਾ ਇਨਵੈਸਟੀਗੇਸ਼ਨ ਹੋਣੀ ਉਹ ਤਾਂ ਮੈਂ ਤੁਹਾਨੂੰ ਆਪ ਹੀ ਕਹਿ ਦੇਣਾ ਕਿ ਲੜਨ ਦੀ ਲੋੜ ਨਹੀਂ ਹੋਣਾ ਐਵੇਂ ਪਕਾਈ ਹੈ ਅਗਰ ਜੇ ਨਵੀਂ ਸੈਟ ਆਉਂਦੀ ਹੈ ਤਾਂ ਮੇਰੇ ਦੇਖਣ ਵਿੱਚ ਪੰਜਾਬ ਦੇ ਵਿੱਚ ਤਾਂ ਕੋਈ ਹੈ ਨਹੀਂ ਲੀਡਰ ਮੈਂ ਨਾ ਹੀ ਪੰਜਾਬ ਦਾ ਕੋਈ ਐਡਾ ਕਾਬਲ ਅਫਸਰ ਸਮਝਣਾ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਆ ਕੋ ਸਟੈਂਡ ਲੈ ਜਾਊਗਾ ਤੇ ਇੱਕੋ ਜਿਹੜਾ ਗੁਰੂ ਗੋਬਿੰਦ ਸਿੰਘ ਮਾਰੇ ਤੇ ਵਿਸ਼ਵਾਸ ਕਰਦਾ ਹੋਵੇ ਤੇ ਸਾਡੇ ਤਾਂ ਮੈਂ ਕਹੂੰਗਾ ਜੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਪੱਗਾਂ ਬਨਣ ਵਾਲੇ ਅਸੀਂ ਇਨਸਾਫ ਵਾਲੇ ਆ ਇਹ ਤਾਂ ਨਾ ਦੀਆਂ ਪੱਗ ਅਸੀਂ ਤਾਂ ਇਨਸਾਫ ਦੇ ਨੇੜੇ ਨਹੀਂ ਜਾ ਕੇ ਰਾਜੀ ਅਸੀਂ ਤਾਂ ਮੁੜ ਘੁੜ ਕੇ ਜਦੋਂ ਕਿ ਸੀਐਮ ਆ ਗਿਆ ਡਿਪਟੀ ਸੀਐਮ ਆ ਗਿਆ ਅਸੀਂ ਤਾਂ ਸਲੂਟ ਮਾਰਨੇ ਨੇ ਸੋ ਮੈਂ ਕਹੂੰਗਾ ਕੁੰਵਰ ਵਿਜੇ ਪ੍ਰਤਾਪ ਵਰਗਾ ਆਈਪੀਐਸ ਅਫਸਰ ਨਹੀਂ ਆਉਣਾ ਸੀ ਇਹਦੇ ਵਰਗਾ ਇਨਸਾਫ ਨਹੀਂ ਸੀ ਮਿਲਣਾ ਸੋ ਹੁਣ ਜਿਹੜਾ ਇਨਸਾਫ ਹੈ ਜਿਸ ਤੋਂ ਬਾਅਦ ਇਨਵੈਸਟੀਗੇਸ਼ਨ ਨਵੀਂ ਕੋਈ ਕਰਦਾ ਤੇ ਖੂਚ ਜਾਣੀਏ ਕੋਈ ਫਾਇਦਾ ਨਹੀਂ ਉਸ ਅਇਸਨ ਮੇਰੇ ਨਾਲ ਪੀੜਤ ਪੱਖ ਦੇ ਜਿਹੜੇ ਐਡਵੋਕੇਟ ਸੀ ਹਰਪਾਲ ਖਾਰਾ ਜੀ ਇਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਕਿਉਂਕਿ ਪੀੜਤ ਪਰਿਵਾਰ ਦੇ ਨਾਲ ਜਦੋਂ ਗੱਲ ਕੀਤੀ ਤਾਂ ਉਹ ਵੀ ਕਹਿੰਦੇ ਉਹ ਵੀ ਮੰਨਦੇ ਨੇ ਹੁਣ ਕਿ ਉਹਨਾਂ ਨੂੰ ਇਨਸਾਫ਼ ਮਿਲਣ ਵਾਲਾ ਨਹੀਂ ਹੈ ਉਹਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਕੇਸ ਲੜ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਹੁਣ 129 ਨੰਬਰ ਐਫ ਆਈ ਆਰ ਜਿਸ ਦੇ ਵਿੱਚ 2 ਸਾਲ ਦੀ ਮਿਹਨਤ ਸੀ ਆਈਜੀ ਕੁਵਰ ਵਿਜੇ ਪ੍ਰਤਾਪ ਦੀ ਉਹ ਰੱਦੀ ਦਾ ਟੋਕਰਾ ਬਣ ਚੁੱਕਿਆ ਹੈ ਲੇਕਿਨ ਵੇਖਣਾ ਇਹ ਹੋਵੇਗਾ ਕਿ ਨਵੀਂ ਐਸ ਆਈ ਟੀ ਜਦੋਂ ਬਣਦੀ ਹੈ ਉਸ ਤੋਂ ਬਾਅਦ ਕਿ 6 ਸਾਲਾਂ ਦੇ ਵਿੱਚ ਆਖਰ ਇਹ ਨਹੀਂ ਸਾਹਮਣੇ ਆ ਸਕਿਆ ਕਿ ਆਖਰ ਇਸ ਪੂਰੇ ਕਾਂਡ ਦਾ ਦੋਸ਼ੀ ਕੌਣ ਹੈ ਕਿ ਹੁਣ ਨਵੀ ਐਸਐਟ ਇਹ ਸਭ ਕੁਝ ਕਰਕੇ ਦਿਖਾਉਗੀ ਤੇ ਜੇ ਨਵੀ ਐਸਐਟ ਬੰਦੀ ਹੈ ਆਖਰ ਉਹ ਕਦੋਂ ਤੱਕ ਬੰਦੀ ਹੈ ਕਿਉਂਕਿ ਇਹ ਚੌਨਵਰੇ ਦਾ ਸਾਲ ਹੈ ਸਾਨੂੰ ਇਹ ਵੀ ਧਿਆਨ ਰੱਖਣਾ ਹੋਊਗਾ ਕਿ ਹੁਣ ਇਸ ਮਾਮਲੇ ਤੇ ਲਗਾਤਾਰ ਸਿਆਸਤ ਪੱਕਦੀ ਰਹੇਗੀ ਕੈਮਰਾਮੈਨ ਅਮਨ ਦੇ ਨਾਲ ਪ੍ਰਕਾਸ਼ ਫੁਲਾਰਸ ਕਾ ਨਿਊਜ਼ ਪੰਜਾਬ ਬਠਿੰਡਾ